ਹੈਲੋ एवरीवन ਅੱਜ ਦਾ ਜਿਹੜਾ ਆਪਣਾ ਚੈਪਟਰ ਹੈਗਾ ਉਹ ਹੈਗਾ ਹਸਨਸ اٹੈਂਡੈਂਸ ਪ੍ਰੋਬਲਮ ਬਾਏ ਸੁਦਾ ਮੁਰਤੀ ਇਹ 12th ਕਲਾਸ ਦਾ ਪੰਜਾਬ ਬੋਰਡ ਦਾ ਫਰਸਟ ਚੈਪਟਰ ਹੈਗਾ ਸੋ ਹਸਨਸ اٹੈਂਡੈਂਸ ਪ੍ਰੋਬਲਮ ਇਸ ਚੈਪਟਰ ਦੇ ਵਿੱਚ ਹੈਗੀ ਇਸ ਚੈਪਟਰ ਦੇ ਵਿੱਚ ਇਹ ਹੈ ਕਿ ਜਦੋਂ ਆਪਾਂ ਲਾਈਫ ਦੇ ਵਿੱਚ ਕਈ ਚੀਜ਼ਾਂ ਸੀਰੀਅਸਲੀ ਨਹੀਂ ਲੈਂਦੇ ਹੈਗੇ ਤਾਂ ਫਿਊਚਰ ਦੇ ਵਿੱਚ ਜਾ ਕੇ ਆਪਾਂ ਨੂੰ ਕੀ ਡਿਫਿਕਲਟੀਜ਼ ਫੇਸ ਕਰਨੀਆਂ ਪੈਂਦੀਆਂ ਨੇਗੀਆਂ ਇਹ ਚੈਪਟਰ ਸਾਰਾ ਉਸੇ ਤੇ ਬੇਸ ਹੈਗਾ ਸੋ ਸਭ ਤੋਂ ਪਹਿਲਾਂ ਜਿਹੜੀ ਆਪਣੀ ਸੁਦਾ ਮੁਰਤੀ ਹੈ ਇਸ ਚੈਪਟਰ ਦੀ ਨਰੇਟਰ ਵੀ ਹੈਗੀ ਆ ਸੋ ਉਹਨੇ ਤੋਂ ਆਪਣੀ ਜਿਹੜੀ ਸਟੋਰੀ ਸ਼ੁਰੂ ਹੁੰਦੀ ਹੈਗੀ ਕਿ ਜਿਹੜੀ ਸੁਦਾ ਮੂਰਤੀ ਹੈ ਉਹ ਕੰਪਿਊਟਰ ਸਾਇੰਸ ਦੀ ਟੀਚਰ ਹੁੰਦੀ ਹੈ ਬੈਂਗਲੌਰ ਕਾਲਜ ਦੇ ਵਿੱਚ ਠੀਕ ਹੈ ਤਾਂ ਉਹ ਦੱਸਦੀ ਹੈਗੀ ਹੈ ਕਿ ਉਹਨੇ ਕਾਫੀ ਸਾਰੇ ਸਟੂਡੈਂਟਸ ਨੂੰ ਪੜਾਇਆ ਪਰ ਉਹਨਾਂ ਚੋਂ ਜਿਹੜਾ ਇੱਕ ਬਹੁਤ ਹੀ ਵਧੀਆ ਤੇ ਇੱਕ ਜਿਹੜਾ ਬ੍ਰਾਈਟ ਸਟੂਡੈਂਟ ਸੀਗਾ ਉਹ ਸੀਗਾ ਹਸਨ ਠੀਕ ਹੈ ਜੋ ਕਿ ਸਟੂਡੈਂਟ ਸੀਗਾ ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ਦਾ ਠੀਕ ਹੈ ਕੰਪਿਊਟਰ ਐਪਲੀਕੇਸ਼ਨਸ ਕਰ ਰਿਹਾ ਸੀਗਾ ਮਾਸਟਰਸ ਕਰ ਰਿਹਾ ਸੀ ਕੰਪਿਊਟਰ ਐਪਲੀਕੇਸ਼ਨ ਦੀ ਤਾਂ ਸੁਦਾ ਮੂਰਤੀ ਉਹਨਾਂ ਦੀ ਟੀਚਰ ਸੀਗੀ ਹਸਨ ਦੀ ਕੀ ਕੁਆਲਿਟੀ ਸੀ ਜੀ ਆਮ ਉਹ ਤਾਂ ਵਲਸੀ ਹੈਂਸਮ ਸੀ ਤੇ ਉਹਦੀ ਮੈਮਰੀ ਵੀ ਬਹੁਤ ਜ਼ਿਆਦਾ ਵਧੀਆ ਸੀ ਪਰ ਉਹਦੇ ਨਾਲ ਸਿਰਫ ਇੱਕ ਪ੍ਰੋਬਲਮ ਸੀਗੀ ਉਹ ਸੀਗੀ ਉਹਦੀ ਅਟੈਂਡੈਂਸੀ ਕਿਉਂ ਕਿਉਂਕਿ ਉਹ ਕਾਲਜ ਦੇ ਵਿੱਚ ਇਰੈਗੂਲਰ ਆਉਂਦਾ ਸੀ ਉਹ ਆਉਂਦਾ ਹੀ ਨਹੀਂ ਸੀਗਾ ਆਵਦੀ ਕਲਾਸਿਸ ਨੂੰ ਅਟੈਂਡ ਕਰਦਾ ਸੀ ਸੋ ਜਿਹੜੀ ਸੁਦਾਮੂਰਤੀ ਸੀ ਉਹਨੂੰ ਅਕਸਰ ਮਿਲਦੀ ਰਹਿੰਦੀ ਸੀਗੀ ਕਿ ਤੂੰ ਡੇਲੀ ਆਇਆ ਕਰ ਆਵਦੀ ਕਲਾਸਿਸ ਅਟੈਂਡ ਕਰ ਪਰ ਉਹ ਸੁਦਾਮੂਰਤੀ ਤੋਂ ਇਸ ਤਰੀਕੇ ਨਾਲ ਮਾਫੀ ਮੰਗ ਲੈਂਦਾ ਸੀ ਕਿ ਸੁਦਾਮੂਰਤੀ ਲਈ ਬਹੁਤ ਹੀ ਔਖ ਹੋ ਜਾਂਦਾ ਸੀ ਉਹਨੂੰ ਮਤਲਬ ਐਦਾਂ ਉਹਦੇ ਨਾਲ ਗੁੱਸੇ ਰਹਿਣਾ ਤਾਂ ਉਹਨੂੰ ਮਾਫ਼ ਕਰ ਦਿੰਦੀ ਸੀਗੀ ਤਾਂ ਉਹਨੂੰ ਅਟੈਂਡੈਂਸ ਵੀ ਦੇ ਦਿੰਦੀ ਸੀ ਪਰ ਕਦੇ-ਕਦੇ ਕੀ ਹੈ ਉਹਨੂੰ ਗੁੱਸਾ ਆ ਜਾਂਦਾ ਸੀ ਕਿਉਂਕਿ ਜਿਹੜੀ ਹਰਕਤਾਂ ਸੀਗੀਆਂ ਹਸਨ ਦੀ ਉਹ ਐਦਾਂ ਹੀ ਬਰਕਰਾਰ ਰੈਂਦੀਆਂ ਸੀਗੀਆਂ ਆਂਦਾ ਹੀ ਨਹੀਂ ਸੀ ਉਹ ਕਾਲਜ ਤਾਂ ਉਹਨੂੰ ਕਹਿੰਦੀ ਸੀਗੀ ਕਿ ਕੋਈ ਪੰਕਚੁਐਲਿਟੀ ਹੋਣੀ ਚਾਹੀਦੀ ਹੈ ਡਿਸਪਲਾਈਨ ਹੋਣੀ ਚਾਹੀਦੀ ਹੈ ਮੈਂ ਤੈਨੂੰ ਐਦਾਂ ਅਟੈਂਡੈਂਸ ਨਹੀਂ ਦੇ ਸਕਦੀ ਹੈਗੀ ਪਰ ਹਸਨ ਸੀ ਜਿਹੜਾ ਉਹ ਏ ਕੱਲ੍ਹ ਕਹਿ ਕੇ ਬਚ ਜਾਂਦਾ ਸੀ ਕਿ ਮੈਡਮ ਜੀ ਤੁਸੀਂ ਸਾਨੂੰ ਇੱਕ ਚੀਜ਼ ਪੜਾਈ ਹੈ ਕਿ ਇਨਸਾਨਾਂ ਤੋਂ ਅਕਸਰ ਗਲਤੀ ਹੁੰਦੀ ਰਹਿੰਦੀਆਂ ਨੇ ਜਿਹੜਾ ਇਹਨਾਂ ਨੂੰ ਮਾਫ਼ ਕਰ ਦਿੰਦਾ ਉਹ ਇੱਕ ਰੱਬ ਦੀ ਤਰ੍ਹਾਂ ਵਿਵਹਾਰ ਕਰ ਦਿੰਦਾ ਇਸ ਤਰ੍ਹਾਂ ਨੂੰ ਅਟੈਂਡੈਂਸ ਵੀ ਮਿਲ ਜਾਂਦੀ ਸੀ ਤੇ ਮਾਫੀ ਵੀ ਤੇ ਉਹ ਪ੍ਰੋਮਿਸ ਕਰਤਾ ਸੀ ਕਿ ਮੈਂ ਪੱਕਾ ਅਗਲੇ ਸੈਮੈਸਟਰ ਤੋਂ ਆਪਦੀ ਕਲਾਸਿਸ ਰੈਗੂਲਰ ਅਟੈਂਡ ਕਰੂੰਗਾ ਚਲੋ ਐਗਜ਼ਾਮਸ ਹੋ ਗਏ ਅਗਲਾ ਸੈਮੈਸਟਰ ਆ ਗਿਆ ਪਰ ਜਿਹੜੀ ਹਸਨ ਸੀ ਉਹਦੀ ਹਰਕਤ ਤਾਂ ਇਦਾਂ ਹੀ ਰਹੀ ਆ ਉਹ ਇੱਕ ਵੀਕ ਤਾਂ ਪੂਰਾ ਰੈਗੂਲਰ ਆਇਆ ਰੁਧਿ ਹਰਕਤਾਂ ਸਿਗੀਆਂ ਜਿਹੜੀ ਲੇਜ਼ੀਨੈਸ ਸਿਗੀਆਂ ਠੀਕ ਹੈ ਤੇ ਕਾਲਜ ਨਾ ਆਣਾ ਇਦਾਂ ਹੀ ਚੱਲਦਾ ਰਿਹਾ ਤਾਂ ਜਿਹੜੀ ਸੁਦਾ ਮੂਰਤੀ ਸੀਗੀ ਤਾਂ ਉਹਨੇ ਉਹਦੇ ਘਰਦਿਆਂ ਨੂੰ ਬੁਲਾਇਆ ਉਹਦੇ ਪੇਰੈਂਟਸ ਨੂੰ ਬੁਲਾਇਆ ਤੇ ਉਹਦੇ ਪੇਰੈਂਟਸ ਨੂੰ ਦੱਸਿਆ ਕਿ ਉਹਨਾਂ ਦਾ ਬੱਚਾ ਬਹੁਤ ਵਧੀਆ ਹੈ ਠੀਕ ਹੈ ਉਹ ਕਲਾਸ ਦੇ ਵਿੱਚ ਫਰਸਟ ਆ ਰਿਹਾ ਹੈਗਾ ਪਰ ਜਿਹੜੀ ਉਹਨੂੰ ਇੱਕ ਚੀਜ਼ ਦੀ ਲੋੜ ਆ ਉਹ ਕਾਦੀ ਹੈ ਡਿਸਪਲਾਈਨ ਦੀ ਠੀਕ ਹੈ ਉਹ ਕਾਲਜ ਰੈਗੂਲਰ ਆਵੇ ਆਪ ਤਾਂ ਡੇਲੀ اٹੈਂਡ ਕਰੇ ਆਪਦੀ ਕਲਾਸਿਸ ਤਾਂ ਪੱਕਾ ਉਹ ਕੋਈ ਵਧੀਆ ਰੈਂਕ ਲੈ ਕੇ ਜਾ ਸਕਦਾ ਹੈਗਾ ਤਾਂ हसन ਦੀ ਮਦਰ ਨੇ ਦੱਸਿਆ ਕਿ ਇਹ ਰਾਤ ਪਰ ਨਾ 뮤직 ਸੁਣਦਾ ਰਹਿੰਦਾ ਹੈ ਤੇ ਯਾਰਾ ਦੋਸਤਾਂ ਨਾਲ ਗੱਪਾ-ਸ਼ੱਪਾ ਮਾਰਦਾ ਰਹਿੰਦਾ ਚੈਟਿੰਗ ਕਰਦਾ ਰਹਿੰਦਾ ਇਸ ਕਰਕੇ ਮਤਲਬ ਵੀ ਉਹ ਰਾਤ ਨੂੰ ਲੇਟਸ ਹੁੰਦਾ ਹੈਗਾ ਤੇ ਕਾਲਜ ਨਹੀਂ ਆ ਪੰਦਾ ਹੈਗਾ ਇਸ ਤਰ੍ਹਾਂ ਕਰਦੇ ਕਰਦੇ ਨਾ ਕਿਸੀ हसन ਦੇ ਜਿਹੜੀ ਮਾਸਟਰਸ ਸੀਗੀ ਉਹ ਕੰਪਲੀਟ ਹੋ ਗਈ ਸੀਗੀ ਤੇ ਕਾਫੀ ਸਾਲ ਹੋ ਗਏ ਜਿਹੜਾ हसन ਸੀ ਉਹ ਨਰੇਟਰ ਨੂੰ ਨਹੀਂ ਮਿਲਿਆ ਸੀਗਾ ਤਾ ਇੱਕ ਦਿਨ ਨਰੇਟਰ ਨੂੰ ਸੇਲਜ਼ਮੈਨ ਮਿਲਣ ਆਂਦਾ ਹੈ ਜੋ ਕਿ ਮਤਲਬ ਸੀਡਿਸ ਵੇਚਦਾਗਾ ਸੌਫਟਵੇਅਰ ਦੀਆਂ ਤਾਂ ਪਹਿਲਾਂ ਤਾਂ ਨਰੇਟਰ ਮਨਾ ਕਰ ਦਿੰਦੀ ਉਹਨੂੰ ਮਿਲਣ ਲਈ ਪਰ ਫੇਰ ਉਹ ਉਹਨੂੰ ਮਿਲਦੀ ਹੈਗੀ ਆ ਤਾਂ ਸੇਲਸਮੈਨ ਆ ਕੇ ਪੁੱਛਦਾ ਹੈ ਸੁਦਾ ਮੂਰਤੀ ਨੇ ਕਿ ਤੁਸੀਂ ਮੈਨੂੰ ਪਹਿਚਾਨਿਆ ਤਾਂ ਸੁਦਾ ਮੂਰਤੀ ਕਹਿੰਦੀ ਨਹੀਂ ਤੇ ਜਿਹੜਾ ਸੇਲਸਮੈਨ ਸੋ ਇੱਕ ਗੱਲ ਕਹਿੰਦਾ ਹੈ ਕਿ ਆਪਾਂ ਖਿੜਕੀ ਦੇ ਵਿੱਚੋਂ ਖੜ ਕੇ ਬਾਹਰਲੀ ਦੁਨੀਆ ਤਾਂ ਦੇਖ ਸਕਦੇ ਆ ਪਰ ਬਾਹਰੋਂ ਖਿੜਕੀ ਚ ਨਹੀਂ ਦੇਖ ਸਕਦੇ ਕੀ ਅੰਦਰ ਕੀ ਆ ਤਾਂ ਸੁਦਾ ਮੂਰਤੀ ਉੱਥੋਂ ਪਹਿਚਾਨ ਗਈ ਵੀ ਪੱਕਾ ਹਾਂ ਇਹ ਕੋਈ ਮੇਰਾ ਪੁਰਾਣਾ ਸਟੂਡੈਂਟ ਹੈਗਾ ਪਰ ਫੇਰ ਵੀ ਕੌਣ ਤਾਂ ਫੇਰ ਮਤਲਬ ਉਹਨੇ ਦੱਸਿਆ ਸੇਲਸਮੈਨ ਨੇ ਕਿ ਮੈਂ ਉਹ ਆ ਜਿਹੜਾ ਕਿ ਯਾ ਤਾਂ ਕਾਲਜ ਲੇਟ ਆਂਦਾ ਸੀਗਾ ਜਾਂ ਫਿਰ ਆਉਂਦਾ ਹੀ ਨਹੀਂ ਸੀਗਾ ਤਾਂ ਸੁਦਾ ਮੂਰਤੀ ਉੱਥੋਂ ਪਹਿਚਾਨ ਗਈ ਕਿ ਇਹ ਹਸਨ ਹੈਗਾ ਪੱਕਾ ਠੀਕ ਹੈ ਤਾਂ ਉਹਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਰਹ ਗਈ ਕਿਉਂਕਿ ਉਹਨੂੰ ਉਮੀਦ ਸੀਗੀ ਕਿ ਇਹ ਲਾਈਫ ਦੇ ਵਿੱਚ ਬਹੁਤ ਤਰੱਕੀ ਕਰੂਗਾ ਬਹੁਤ ਵਧੀਆ ਕਰੂ ਪਰ ਇੱਕ ਛੋਟੀ ਜਿਹੀ ਜੌਬ ਕਰ ਰਿਹਾ ਜੋ ਕਿ ਸੇਲਜ਼ਮੈਨ ਦੀ ਕਿਉਂਕਿ ਜਿਹੜੇ ਹਸਨ ਦੇ ਨਾਲ ਦੇ ਜਿਹੜੇ ਇਹਦੇ ਸਟੂਡੈਂਟਸ ਸੀ ਨਾ ਉਹ ਸਾਰੇ ਰਿਚ ਹੋ ਗਏ ਫੇਮਸ ਹੋ ਗਏ ਬਹੁਤ ਹੀ ਵਧੀਆ ਉਹਨਾਂ ਨੂੰ ਉੱਚੇ ਪੱਧਰ ਤੇ ਜੌਬ ਮਿਲ ਗਈ ਪਰ ਜਿਹੜਾ ਹਸਨ ਸੀ ਉਹ ਸਿਰਫ ਇੱਕ ਸੇਲਜ਼ਮੈਨ ਹੀ ਰਹਿ ਗਿਆ ਕਿਓ ਤਾਂ ਹਸਨ ਨੇ ਦੱਸਿਆ ਕਿ ਉਹਨੂੰ ਇੱਕ ਦੋ ਥਾਵਾਂ ਤੇ ਜੌਬ ਵੀ ਮਿਲੀ ਪਰ ਉਹਨੂੰ ਕੱਢ ਦਿੱਤਾ ਗਿਆ ਕਿਉਂ ਕਿ ਹਰਕਤਾਂ ਕਰਕੇ ਕਿਉਂਕਿ ਉਹ ਜਾਂਦਾ ਹੀ ਨਹੀਂ ਸੀ ਉਹਨੇ ਦੱਸਿਆ ਕਿ ਮਾਰਾ ਉੱਥੇ ਵੀ ਬਿਹੇਵੀਅਰ ਸਹੀ ਨਹੀਂ ਸੀ ਉਹ ਉੱਥੇ ਵੀ ਲੇਜ਼ੀਨੈਸ ਦਿਖਾਉਂਦਾ ਸੀਗਾ ਠੀਕ ਹੈ ਜਾਂ ਫਿਰ ਆਫਿਸ ਕਦੇ ਜਾਂਦਾ ਸੀ ਤਾਂ ਜਾਂਦਾ ਹੀ ਨਹੀਂ ਸੀਗਾ ਤਾਂ ਉਹਦੇ ਬੌਸ ਨੇ ਉਹ ਤੋਂ ਤੰਗ ਆ ਕੇ ਉਹਨੂੰ ਕੱਢ ਦਿੱਤਾ ਸੀਗਾ ਤੇ ਹਸਨ ਨੇ ਦੱਸਿਆ ਕਿ ਬੇਸ਼ੱਕ ਮੈਂ ਫਸ ਜਾਂਦਾ ਸੀਗਾ ਪਰ ਮੇਰੇ ਕੋਲ ਕੋਈ ਨੌਲੇਜ ਨਹੀਂ ਸੀਗੀ ਕਿਉਂਕਿ ਉਹ ਕਲਾਸਿਸ ਰੈਗੂਲਰ ਨਹੀਂ اٹੈਂਡ ਕਰਦਾ ਸੀ ਤਾਂ ਕਲਾਸਿਸ ਰੈਗੂਲਰ ਅਟੈਂਡ ਕਰਨ ਨਾਲ ਹੀ ਜਿਹੜੀ ਨੌਲੇਜ ਆਣੀ ਸੀ ਉਹਦੇ ਕੋਲ ਨਹੀਂ ਸੀਗੀ ਤਾਂ ਹਜ਼ਨ ਕਹਿੰਦਾ ਇਹ ਵੀ ਇੱਕ ਕਾਰਨ ਸੀਗਾ ਕਿ ਉਹਨੂੰ ਜੋਬ ਨਹੀਂ ਮਿਲ ਰਹੀ ਸੀਗੀ ਤਾਂ ਜਿਹੜੀ ਉਹਨੂੰ ਜੋਬ ਨਹੀਂ ਮਿਲਦੀ ਸੀ ਇਹਦੇ ਕਰਕੇ ਉਹਦੀ ਮਦਰ ਫਾਦਰ ਨਾਲ ਲੜਾਈ ਹੋਣ ਲੱਗ ਪਈ ਤਾਂ ਉਹਦੇ ਫਾਦਰ ਨੇ ਕਿਹਾ ਕਿ ਤੂੰ ਸਾਡੇ ਤੋਂ ਅਲੱਗ ਰਹਿਣ ਲੱਗ ਜਾ ਤਾਂ ਉਸ ਤੋਂ ਬਾਅਦ ਤੋਂ ਹੁਣ ਉਹ ਸੇਲਜ਼ਮੈਨ ਦੀ ਜੋਬ ਕਰ ਰਿਹਾ ਸੀਗਾ ਜਿਹੜੀ ਸੁਦਾ ਮੂਰਤੀ ਸੀ ਉਹਨੇ ਹਸਨ ਨੂੰ ਕਿਹਾ ਕਿ ਤੂੰ ਨਿਰਾਸ਼ ਨਾ ਹੋ ਤੂੰ ਜ਼ਿੰਦਗੀ ਦੇ ਵਿੱਚ ਹਜੇ ਵੀ ਬਹੁਤ ਕੁਝ ਕਰ ਸਕਦਾ ਬਸ ਤੈਨੂੰ ਸਿਰਫ ਦੋ ਹੀ ਚੀਜ਼ਾਂ ਕਰਨ ਦੀ ਲੋੜ ਹੈ ਕਿ ਆਪਦੀ ਲੇਜ਼ੀਨੈਸ ਛੱਡ ਦੇ ਦੂਸਰਾ ਆਪਦਾ ਹਾਰਡ ਵਰਕ ਕਰ ਤਾਂ ਤੂੰ ਇੱਕ ਬਹੁਤ ਹੀ ਖੁਸ਼ਹਾਲ ਤੇ ਵਧੀਆ ਜੀਵਨ ਜੀਏਗਾ ਤਾਂ ਉਹਨੇ ਪ੍ਰੋਮਿਸ ਕਰਿਆ ਉਹਦੇ ਅੰਦਰ ਇੱਕ ਮੋਟੀਵੇਸ਼ਨ ਆਈ ਤਾਂ ਉਹਨੇ ਉਸ ਤੋਂ ਬਾਅਦ ਚ ਪ੍ਰੋਮਿਸ ਕਰਿਆ ਵੀ ਹਾਂ ਮੈਂ ਤੁਹਾਡੀ ਐਡਵਾਈਸ ਨੂੰ ਪੱਕਾ ਫੋਲੋ ਕਰੂੰਗਾ ਇਹ ਗੱਲ ਕਹਿ ਕੇ ਉਹ ਉੱਥੋਂ ਚਲਾ ਜਾਂਦਾ ਹੈਗਾ ਤਸੂਦਾ ਮੂਰਤੀ ਨੂੰ ਕਈ ਸਾਲਾਂ ਬਾਅਦ ਤਾਂ ਨਹੀਂ ਮਿਲਿਆ ਹੁੰਦਾ ਪਰ ਉਹ ਜਰੂਰ ਸੋਚਦਾ ਕਿ ਮੈਂ ਇੱਕ ਨਾ ਇੱਕ ਦਿਨ ਜਰੂਰ ਹਸਨ ਨੂੰ ਮਿਲੂੰਗੀ ਉਹਦੇ ਇੱਕ ਵਧੀਆ ਤੇ ਖੁਸ਼ਹਾਲ ਜੀਵਨ ਨੂੰ ਮੈਂ ਜਰੂਰ ਦੇਖੂੰਗੀ ਸੋ ਇਹ ਸੀ ਆਪਣਾ ਸਾਰਾ ਚੈਪਟਰ ਹਸਨਸ ਅਟੈਂਡੈਂਸ ਪ੍ਰੋਬਲਮ ਕੋਈ ਵੀ ਡਾਊਟ ਹੋਇਆ ਤੁਸੀਂ ਮੈਨੂੰ ਕਮੈਂਟਸ ਕਰਕੇ ਪੁੱਛ ਸਕਦੇ ਹੋਗੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ